ਨਾਭਾ ਜੇਲ੍ਹ ਵਿੱਚ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੀ ਬੇਅਦਬੀਆਂ ਦੇ ਰੋਸ ਅਤੇ ਇਨਸਾਫ਼ ਲੈਣ ਲਈ ਬੰਦੀ ਸਿੰਘਾਂ ਵੱਲੋਂ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਨਾਭਾ ਸਿਕਿਉਰਟੀ ਜੇਲ੍ਹ ਦੇ ਸਾਹਮਣੇ ਸ਼ਾਂਤਮਈ ਧਰਨਾ 29 ਫਰਵਰੀ ਸ਼ਨੀਵਾਰ ਸਵੇਰੇ 10:30 ਲਗਾਇਆ ਜਾਵੇਗਾ। ਸਮੂਹ ਪੰਥਕ ਦਰਦੀਆਂ ਅਤੇ ਜਥੇਬੰਦੀਆਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।